ਲੋ ਪਹਿਲਾ ਨਾਮ 50 50 ਡੀ ਟਰੈਕਟਰ ਜੌਂਡੀਅਰ ਵਾਲਾ ਮਿਲਣਾ ਪੀਡੀਐਫਾ ਮੇਲੇ ਤੇ ਮੈਂ ਸਾਰੇ ਕਿਸਾਨਾਂ ਨੂੰ ਸੂਚਿਤ ਕਰ ਦੇਣਾ ਚਾਹੁੰਦਾ ਐ ਵੀ ਮੇਲਾ ਆ ਗਿਆ ਪੀਡੀਐਫਾ ਦਾ ਕੀ ਕੀ ਹੋਊਗਾ ਉੱਥੇ ਕਿਹੜੀਆਂ ਤਰੀਕਾਂ ਨੂੰ ਲੱਗੂਗਾ ਕੀ ਕੀ ਓਸੂਲ ਹੋਣਗੇ ਸਾਰੀ ਗੱਲਬਾਤ ਨੂੰ ਖੋਲ ਕੇ ਦੱਸਦਾ ਸ਼ੇਅਰ ਕਰਨਾ ਪੰਜਾਬ ਦੀ ਕਿਸਾਨੀ ਨੂੰ ਜੇ ਪਿਆਰ ਕਰਦੇ ਆ ਜੇ ਚਾਹੁੰਦੇ ਆ ਚੰਗਾ ਭਵਿੱਖ ਤਾਂ ਸ਼ੇਅਰ ਕਰਨਾ ਕਿਉਂ ਕਿਉਂ ਚੰਗੇ ਭਵਿੱਖ ਦੀ ਗੱਲ ਕੀਤੀ ਆ ਮੈਂ ਤੁਹਾਨੂੰ ਦੱਸਦਾ ਅਸੀਂ ਨਾ 5-5 ਕਿਲੋ 7-7 ਕਿਲੋ 10-10 ਕਿਲੋ ਵਾਲੀਆਂ ਮੱਝਾਂ ਗਾਵਾਂ ਬੰਨੀ ਬੈਠੇ ਆ ਸਾਡੀਆਂ ਬੁੜੀਆਂ ਧਾਰ ਚੋਂਣ ਗਈਆਂ 5 ਕਿਲੋ ਦੁੱਧ ਹੋਊ ਬਾਲਟੀ 'ਚ ਤੇ ਕਹਿਣਗੀਆਂ ਢਾਕੇ ਲਿਆਓ ਨਜ਼ਰ ਨਾ ਲੱਗ ਜੇ ਉੱਥੇ ਤੁਹਾਨੂੰ ਮੈਂ ਦਿਖਾਉਂ 75 ਰੁਪਏ 75 ਕਿਲੋ ਦਿੰਦਿਆਂ ਮੱਝ ਗਾਵਾਂ ਦੁੱਧ 75 ਰੁਪਏ 75 ਕਿਲੋ ਇੱਕ ਦਿਨ ਮਾੜੇ ਘਰ ਦਾ ਵਿਆਹ ਹੋ ਜਾਂਦਾ 75 ਕਿਲੋ ਦੁੱਧ ਨਾਲ ਦੋ ਡਰਮ ਬਣ ਜਾਂਦੇ ਆ ਇੰਨਾ ਇੰਨਾ ਦੁੱਧ ਦੇਣ ਵਾਲੀਆਂ ਗਾਵਾਂ ਦਿਖਾਉ ਤੁਹਾਨੂੰ ਉੱਥੇ ਮੁਕਾਬਲੇ ਹੋਣਗੇ ਦੂਜੀ ਗੱਲ ਉਹ ਹੋ ਜੀਆਂ ਮੱਝਾਂ ਦਿਖਾਉ ਜਿਨ੍ਹਾਂ ਨੇ ਵਿਸ਼ਵ ਰਿਕਾਰਡ ਕਰਨੇ ਆ ਵਿਸ਼ਵ ਰਿਕਾਰਡ ਮੇਲਿਆਂ ਦੇ ਵਿਸ਼ਵ ਰਿਕਾਰਡ ਕਰਨੇ ਆ ਜਿਹੜੀਆਂ ਸਾਡੀਆਂ ਪੰਜ ਨਹੀਂ ਦਿੰਦੀਆਂ ਜਿਹੜੀ ਇੱਕ ਦੇਈ ਜਾਂਦੀ ਆ ਤੇ ਸਾਡੀਆਂ ਪੰਜ ਨਹੀਂ ਚੜਨੀਆਂ ਉਹ ਕੰਡੇ ਤੇ ਜਿੱਥੇ ਇੱਕ ਚੜਨੀ ਆ ਕਿੱਥੇ ਪੰਜ ਮੂੰਹਾਂ ਨੂੰ ਪਾਉਣਾ ਪੰਜਾਂ ਦਾ ਕੋਹਾ ਸਿੱਟਣਾ ਪੰਜਾਂ ਦੀ ਬਿਮਾਰੀ ਦਾ ਧਿਆਨ ਰੱਖਣਾ ਪੰਜ ਪੰਜ ਗੁਣਾ ਥਾਂ ਚਾਹੀਦਾ ਕਿੱਥੇ ਇੱਕ ਸਾਂਭਣਾ ਇਹੋ ਜੀ ਕਿਸਾਨੀ ਦੀ ਗੱਲ ਹੋਊਗੀ ਇਸ ਤਰ੍ਹਾਂ ਦੀ ਨਸਲ ਦੀ ਗੱਲ ਹੋਊਗੀ ਪੀਡੀਐਫ ਮੇਲੇ ਤੇ 2 3 4 ਤੇ 5 ਫਰਵਰੀ 3 4 ਤੇ 5 ਫਰਵਰੀ ਨੂੰ ਮੇਲਾ ਲੱਗਣ ਜਾ ਰਿਹਾ ਆ ਜਿਹੜੀ ਆਉਣ ਵਾਲੀ ਆ 3 4 ਤੇ 5 ਪਰ ਹਾਂ ਇੱਕ ਗੱਲ ਧਿਆਨ ਰੱਖ ਲਓ ਜਿਨ੍ਹਾਂ ਨੇ ਪਸ਼ੂ ਉਥੇ ਲੈ ਕੇ ਜਾਣੇ ਆ ਮੁਕਾਬਲੇ 'ਚ ਉਹ ਸਭ ਤੋਂ ਪਹਿਲਾਂ ਇਹ ਗੱਲ ਦਾ ਧਿਆਨ ਦੇ ਲੋ ਕਿ ਐਸ ਵਾਰ ਉਥੇ ਕਿਸੇ ਵੀ ਤਰ੍ਹਾਂ ਦੇ ਮੇਲ ਦਾ ਮੁਕਾਬਲਾ ਨਹੀਂਗਾ ਕਿਸੇ ਵੀ ਤਰ੍ਹਾਂ ਦੇ ਸਾਨ ਦਾ ਮੁਕਾਬਲਾ ਨਹੀਂ ਨਾ ਐਫ ਐਫ ਦਾ ਸਾਨ ਨਾ ਜਰਸੀ ਦਾ ਸਾਨ ਨਾ ਨੀਲੀ ਰਾਵੀ ਦਾ ਸਾਨ ਤੇ ਨਾ ਮੋਹਰਾ ਦਾ ਸਾਨ ਸਾਨਾਂ ਦੇ ਮੁਕਾਬਲੇ ਨਹੀਂ ਗਏ ਉੱਥੇ ਉਹਦੇ ਪਿੱਛੇ ਵੀ ਕਾਰਨਾ ਮੈਂ ਤੁਹਾਨੂੰ ਪ੍ਰਧਾਨ ਡੀ ਦਲਜੀਤ ਸਿੰਘ ਸਦਰਪੁਰਾ ਸਾਹਿਬ ਨਾਲ ਗੱਲ ਕਰਾ ਦੂੰਗਾ ਤੁਹਾਡੀ ਮੇਲੇ ਤੋਂ ਪਹਿਲਾਂ ਕਿ ਕਿਉਂ ਨਹੀਂ ਰੱਖੇ ਇੱਕ ਮੈਂ ਪਹਿਲਾਂ ਵੀ ਇੰਟਰਵਿਊ ਕੀਤੀ ਸੀ ਉਹ ਚ ਵੀ ਦੱਸਤਾ ਸੀ ਪਰ ਹਾਂ ਮੇਲੇ ਦੇ ਅਸੂਲ ਹੋਰ ਸੁਣ ਲੋ ਬਈ ਸੱਜਣੋ ਗੱਲ ਹੈਗੀ ਆ ਇਉਂ ਬਈ ਉੱਥੇ ਐਸ ਵਾਰ ਨੀਲੀ ਰਾਵੀ ਤੇ ਮੋਹਰਾ ਦਾ ਸਾਰਾ ਮੁਕਾਬਲਾ ਇਕੱਤੀ ਅੱਡੋ ਅੱਡ ਕਰਤਾ ਦੁੱਧ ਚਵਾਈ ਦਾ ਵੀ ਅਡੋ ਅਡ ਕਰਤਾ ਅੱਗੇ ਇਕੱਠਾ ਮੱਝਾਂ ਦਾ ਅੱਗੇ ਇਕੱਠਾ ਹੁੰਦਾ ਸੀ ਉਹ ਅਲੱਗ-ਅਲੱਗ ਕਰਤਾ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਦਾ ਮੋਸਟ ਪ੍ਰੋਫਿਟੇਬਲ ਗਾਂ ਵੀ ਕੱਢਣੀ ਆ ਵੀ ਜਿਵੇਂ ਮੰਨ ਲਓ ਵੀ ਇੱਕ ਗਾਂ ਨੇ ਦਿੱਤਾ ਦੁੱਧ 75 ਕਿਲੋ ਉਹਦੀ ਫੈਟ ਤੇ ਐਸ ਐਸ ਐਨ ਐਫ ਦੇ ਹਿਸਾਬ ਨਾਲ ਉਹਦਾ ਰੇਟ ਘੱਟ ਬਣਦਾ ਇੱਕ ਗਾਂ ਨੇ ਦੁੱਧ ਦਿੱਤਾ 62 ਕਿਲੋ ਪਰ ਉਹਦਾ ਫੈਟ ਤੇ ਐਸਐਮ ਐਸਐਨਐਫ ਦੇ ਹਿਸਾਬ ਨਾਲ ਰੇਟ ਵੱਧ ਬਣਦਾ ਤਾਂ ਮੋਸਟ ਪ੍ਰੋਫਿਟੇਬਲ ਗਾਂ ਵੀ ਉਥੋਂ ਪਹਿਲੇ ਨੰਬਰ ਤੇ ਕੱਢਣੀ ਆ ਉਹ ਵੀ ਆਉਣਾ ਤੇ ਦੁੱਧ ਚਵਾਈ ਦੇ ਵਿੱਚ ਪਹਿਲੇ ਨੰਬਰ ਤੇ ਜਿਹੜੀ ਆਊਗੀ ਉਹ ਵੀ ਕੱਢਣੀ ਆ ਮਤਲਬ ਉਥੇ ਮੁਕਾਬਲੇ ਬਹੁਤ ਤਰ੍ਹਾਂ ਦੇ ਰੌਚਕਤਾ ਨਾਮ ਪ੍ਰਬੰਧ ਇਹ ਸਾਰੀ ਚੀਜ਼ ਦੀ ਕੋਈ ਕਮੀ ਨਹੀਂ ਹੋਊਗੀ ਨਾਲ ਦੀ ਨਾਲ ਮਸ਼ੀਨਰੀ ਮਸ਼ੀਨਰੀ ਇੱਕ ਦਾਤੀ ਤੋਂ ਲੈ ਕੇ ਇੱਕ 10 ਕਰੋੜ ਦੀ ਮਸ਼ੀਨਰੀ ਤੱਕ ਦੀ ਨਵੀਂ ਤੋਂ ਨਵੀਂ ਦੁਨੀਆ ਪੱਧਰ ਦੀ ਮਸ਼ੀਨਰੀ ਜਿਹੜੀ ਦੁਨੀਆ ਦੇ ਵਿੱਚ ਵਰਤੀ ਜਾਂਦੀ ਹੈ ਡੈਰੀ ਫਾਰਮਰ ਜਾ ਫਾਰਮਰਾਂ ਵਾਸਤੇ ਉਹ ਪਹੁੰਚੂਗੀ ਹਰ ਤਰ੍ਹਾਂ ਦੇ ਬੀਜ ਦੀ ਦੁਕਾਨ ਸਟਾਲਾਂ ਲੱਗਣਗੀਆਂ ਸਟਾਲਾਂ ਲਈ ਵੀ ਤੁਹਾਨੂੰ ਮੈਂ ਬੇਨਤੀ ਕਰਦਾ ਕਿ ਜੇ ਪੀਡੀਐਫ ਮੇਲੇ ਤੇ ਪਹਿਲੀ ਗੱਲ ਸਟਾਲਾਂ ਬੁੱਕ ਹੋ ਚੁੱਕੀਆਂ ਪਰ ਜਿਹਨੇ ਸੰਪਰਕ ਕਰਨਾ ਕਰ ਸਕਦੇ ਆ ਪਰ ਦੂਜੀ ਗੱਲ ਮੈਂ ਤੁਹਾਨੂੰ ਇਹ ਸੱਜਣੋਂ ਦੱਸ ਦਿਆਂ ਕਿ ਉੱਥੇ ਕੋਈ ਵੀ ਬੰਦਾ ਚੀਨੇ ਵੀ ਆਪਣੇ ਜਾਨਵਰ ਲੈ ਕੇ ਜਾਣੇ ਆ ਉਹ ਐਡਵਾਂਸ ਪਹਿਲਾਂ ਜਾ ਕੇ ਆਪਣੇ ਜਾਨਵਰ ਲੈ ਜੇ ਪਰ ਇੱਕ ਗੱਲ ਹੋਰ ਕੰਮ ਦੀ ਆ ਉਹ ਜਿਹਨੇ ਜਾਨਵਰ ਲੈ ਕੇ ਜਾਂਦੇ ਉਹਨਾਂ ਨੂੰ ਤਾਂ ਪਤਾ ਹੈ जिने ਦਿਖਾਉਣੇ ਆ ਉਹਨੇ ਤਾਂ ਦਿਖਾਉਣੀ ਆ ਜਿਹਨੇ ਨਹੀਂ ਵੀ ਦਿਖਾਉਣੇ ਨਾ ਉੱਥੇ ਮੁਕਾਬਲੇ ਜਾਣਾ ਉਹ ਵੀ ਬੇਸ਼ੱਕ ਆਪਦੇ ਜਾਨਵਰ ਉੱਥੇ ਲੈ ਜਾਓ ਆਪਾਂ ਨੂੰ ਉੱਥੇ ਰਹਿ ਕੇ ਪਤਾ ਲੱਗਦਾ ਆਪਾਂ ਨੂੰ ਉੱਥੇ ਮੁਕਾਬਲੇ ਚ ਜਾਨਵਰ ਲਜਾਣ ਤੋਂ ਬਾਅਦ ਪਤਾ ਲੱਗਦਾ ਗੋਤਲਖਾਨੇ ਚ ਪੱਟ ਹਰੇਕ ਨੂੰ ਭਾਰੇ ਲੱਗਦੇ ਹੁੰਦੇ ਆ ਮੁਕਾਬਲੇ ਚ ਜਾ ਕੇ ਪਤਾ ਲੱਗਦਾ ਬਈ ਭਾਈ ਮੂਹਰ ਲੇਦੇ ਕਿੰਨੇ ਭਾਰੇ ਆ ਤੁਸੀਂ ਉੱਥੇ ਜਾਨਵਰ ਜ਼ਰੂਰ ਲੈ ਕੇ ਜਾਓ ਉੱਥੇ ਜਿਹੜਾ ਜਾਨਵਰ ਐਂਟਰ ਹੋ ਗਿਆ ਕੋਈ ਫੀਸ ਹੋਊਗੀ 3-400 ਰੁਪਈਆ ਕੋਈ ਫੀਸ ਹੁੰਦੀ ਆ ਪਰ ਉਹ ਫੀਸ ਦੇ ਵਿੱਚ 3-4 ਦਿਨ ਜਿੰਨੇ ਦਿਨ ਮੇਲਾ ਰਹਿਣਾ ਉਨੇ ਦਿਨ ਖਾਣਾ ਪਾਣੀ ਸਾਰਾ ਕੋਸਾ ਜਿਹੜਾ ਪੀਡੀਐਫ ਵੱਲੋਂ ਹੀ ਜਾਨਵਰਾਂ ਨੂੰ ਜਿਹੜਾ ਦਿੱਤਾ ਜਾਣਾ ਸਾਂਭ ਸੰਭਾਲ ਦਾ ਪੂਰਾ ਜੁੰਮਾ ਹੁੰਦਾ ਦੂਜੀ ਗੱਲ ਜਿਹੜੇ ਬੰਦੇ ਨੇ ਦੁੱਧ ਮੁਕਾਬਲੇ ਦੇ ਵਿੱਚ ਜਾਨਵਰ ਲਿਜਾਣਾ ਜਾਂ ਕਿਸੇ ਵੀ ਤਰ੍ਹਾਂ ਦਾ ਉਹ ਪੀਡੀਐਫ ਵਾਲਿਆਂ ਤੋਂ ਬਿਨਾ ਕਿਸੇ ਵੀ ਬੰਦੇ ਤੋਂ ਪੁੱਛੇ ਦੱਸੇ ਤੋਂ ਬਿਨਾ ਡਾਕਟਰੀ ਸਲਾਹ ਤੋਂ ਬਿਨਾ ਕਿਸੇ ਵੀ ਗਾਂ ਮੱਝ ਦੇ ਟੀਕਾ ਨਹੀਂ ਲਾ ਸਕਦਾ ਬੋਤਲ ਨਹੀਂ ਲਾ ਸਕਦਾ ਜਿਹੜਾ ਲਾਉਂਦਾ ਫੜਿਆ ਗਿਆ ਤੇ ਉਹਨੂੰ ਬੈਨ ਕੀਤਾ ਜਾਊਗਾ ਇਹ ਸਖਤੀ ਨਾਲ ਹਦਾਇਤ ਆ ਤੇ ਨੰਬਰ 2 ਤੇ 31 ਗੁਪਤ ਕੈਮਰਿਆਂ ਦਾ ਮੇਲੇ ਦੇ ਵਿੱਚ ਬਹੁਤ ਪ੍ਰਬੰਧ ਕਰਤਾ ਵੀ ਤਾਂ ਜੋ ਸਿਕਿਉਰਟੀ ਵੀ ਬਣੀ ਰਵੇ ਤੇ ਨਾਲ ਦੀ ਨਾਲ ਕੋਈ ਬੰਦਾ ਗਲਤ ਤਰੀਕੇ ਦੇ ਨਾਲ ਆਪਦਾ ਪਸੂ ਨੂੰ ਜਿਤਾਉਣ ਦੀ ਕੋਸ਼ਿਸ਼ ਨਾ ਕਰੇ ਇਸ ਵਾਰ ਮੇਲੇ ਦੇ ਵਿੱਚ ਇਹ ਚੀਜ਼ ਨਵੀਂ ਐਡ-ਆਨ ਕਰਤੀ ਗੁਪਤ ਕੈਮਰੇ ਬਹੁਤ ਜ਼ਿਆਦਾ ਲਾਤੇ ਆ ਦੂਜਾ ਬੀਬੀਆਂ ਦੇ ਆਉਣ ਨੂੰ ਵੈਸੇ ਤਾਂ ਇੱਕ ਦਿਨ ਰੱਖਿਆ ਐਤਵਾਰ ਵਾਲਾ ਦਿਨ ਪਰ ਬੀਬੀਆਂ ਕਿਸੇ ਵੀ ਦਿਨ ਆ ਸਕਦੀਆਂ ਮੈਂ ਕਹਿੰਨਾ ਵੀ ਤੁਸੀਂ ਤਿੰਨੇ ਦਿਨ ਹੀ ਆਓ ਕਿਉਂਕਿ ਬੀਬੀਆਂ ਨੇ ਹੀ ਜਾਨਵਰ ਆ ਜਿਹੜੇ ਉਹ ਸਾਹਮਣੇ ਹੁੰਦੇ ਆ ਬੀਬੀਆਂ ਨੇ ਗੋਹਾ ਸੱਟਣਾ ਬੀਬੀਆਂ ਨੇ ਦੁੱਧ ਚੋਣਾ ਹੁੰਦਾ ਤਾਂ ਜਿਆਦਾ ਜਿਹੜਾ ਘਰੇ ਪਸ਼ੂਆਂ ਦਾ ਜਿਹੜਾ ਪ੍ਰਬੰਧ ਆ ਉਹ ਬੀਬੀਆਂ ਕੋਲੇ ਹੁੰਦਾ ਤੇ ਮੈਂ ਬੀਬੀਆਂ ਨੂੰ ਖਾਸ ਤੌਰ ਤੇ ਅਪੀਲ ਕਰਦਾ ਕਿ ਬੀਬੀਆਂ ਭੈਣਾ ਉਸ ਮੇਲੇ ਤੇ ਪਹੁੰਚਿਓ ਪ੍ਰਬੰਧ ਦਾ ਜੁਮਾ ਯਾਰ ਐ ਥੋੜੀ ਕੋਈ ਤੁਹਾਨੂੰ ਟੈਨਸ਼ਨ ਹੋਗੀ ਨਾ ਕੋਈ ਮੈਂ ਜ਼ਿੰਮੇਵਾਰ ਬੈਠਾਂ ਮੈਂ ਵੀ ਤਿੰਨ ਦਿਨ ਉੱਥੇ ਹੀ ਆ ਕੋਈ ਟੈਨਸ਼ਨ ਨਹੀਂ ਤਿੰਨੇ ਦਿਨ ਹੀ ਆਓ ਬੇਸ਼ੱਕ ਉੱਥੇ ਕਿਹੜਾ ਕੋਈ ਨਸ਼ੇ ਪੱਤੇ ਵਾਲੇ ਨੇ ਆਉਣਾ ਉੱਥੇ ਤਾਂ ਅਕਲ ਵਾਲੇ ਬੰਦੇ ਨੇ ਆਉਣਾ ਜਿੰਨੇ ਵੀ ਕਿਸਾਨ ਆ ਸਕਦੇ ਆ ਆਉਣ ਦੀ ਕੋਈ ਫੀਸ ਥੋੜੋ ਆ ਯਾਰ ਉੱਥੇ ਵੇਖਣ ਦੀ ਕੋਈ ਫੀਸ ਥੋੜੋ ਆ ਯਾਰ ਉਥੋਂ ਸਮਝਣ ਦੀ ਕੋਈ ਫੀਸ ਥੋੜੋ ਆ ਯਾਰ ਤੁਹਾਨੂੰ ਪਤਾ ਲੱਗੂਗਾ ਕਿਹੜਾ ਸੀਮਨ ਜਿੱਤ ਰਿਹਾ ਕਿਹੜਾ ਸੀਮਨ ਬਿਊਟੀਫੁਲ ਬੱਚੇ ਪੈਦਾ ਕਰ ਰਿਹਾ ਕਿਹੜਾ ਸੀਮਨ ਵਰਤਨਾ ਕਿਵੇਂ ਵਰਤਨਾ ਕਿਵੇਂ ਜਾਨਵਰ ਰੱਖਣੇ ਆ ਕਿਵੇਂ ਨਸਲਾਂ ਦਾ ਧਿਆਨ ਰੱਖਣਾ ਕਿਵੇਂ ਨਸਲਾਂ ਸੁਧਾਰਨੀਆਂ ਇਹ ਗੱਲਬਾਤ ਤੁਸੀਂ ਕਿੰਨੀ ਵੀ ਕਰ ਸਕਦੇ ਆ ਕਿੰਨੀ ਵੀ ਪੁੱਛਗਿਛ ਕਰ ਸਕਦੇ ਆ ਉੱਥੇ ਤੁਹਾਡੇ ਲਈ ਖੁੱਲ ਹੋਊਗੀ ਫੁੱਲ ਜਾਣਕਾਰੀ ਲੈਣੀ ਤੁਹਾਡੇ ਘਰੇ ਹੀ ਜਾਨਵਰ ਆ ਜਿਹੜੇ ਉਹਨਾਂ ਦਾ ਕੋਈ ਨਸਲ ਸੁਧਾਰੀ ਜਾ ਸਕਦੀ ਆ ਜੇ ਤੁਸੀਂ ਉਸ ਮੇਲੇ ਤੇ ਜਾ ਕੇ ਢੇੜਾ ਹੀ ਕੱਢਿਓ ਮੇਰੀ ਇੱਕ ਗਰੰਟੀ ਆ ਤੁਸੀਂ ਉਥੋਂ ਕੁਝ ਨਾ ਸਿੱਖ ਕੇ ਆਇਓ ਤੁਸੀਂ ਇੱਕ ਪਾਸਿਓ ਮੇਲੇ ਦੇ ਬੜਿਓ ਦੂਜੇ ਪਾਸਿਓ ਨਿਕਲਿਓ ਤੁਹਾਡੇ ਘਰੇ ਪਸ਼ੂਆਂ ਦਾ 1/2 ਕਿਲੋ ਦੁੱਧ ਤਾਂ ਉਸ ਮੇਲੇ 'ਚ ਢੇੜਾ ਦੇਣ ਨਾਲ ਵੱਧ ਜਾਣਾ ਕਿਉਂਕਿ ਬੰਦਾ ਮੱਲੋਂ ਮੱਲੀ ਬੰਦਾ ਬੰਦਾ ਹੀ ਹੁੰਦਾ ਜਿੱਥੇ ਜਾਊਗਾ ਕੁਛ ਨਾ ਕੁਛ ਐਨੀ ਚੀਜ਼ ਤਾਂ ਸਿੱਖੂਗਾ ਹੀ ਉਹ ਹੀ ਅਪਲਾਈ ਕਰੂਗਾ ਜਿਹੜਾ ਅਪਲਾਈ ਕਰ ਗਿਆ ਉਹ ਖੱਟ ਗਿਆ ਤੁਸੀਂ ਮੇਲੇ ਤੇ ਜ਼ਰੂਰ ਜਾਣਾ ਵੱਧ ਤੋਂ ਵੱਧ ਕਿਸਾਨ ਫਾਇਦਾ ਲੈਣ ਸ਼ੇਅਰ ਕਰਿਓ ਵੀਡੀਓ ਵੱਧ ਤੋਂ ਵੱਧ ਤੁਹਾਡੇ ਫਾਇਦੇ ਦੀ ਗੱਲ ਹੈ ਇਹ ਪੰਜਾਬ ਦੇ ਕੀ ਇਹ ਸਾਰੇ ਦੇਸ਼ ਦੇ ਕਿਸਾਨਾਂ ਦੇ ਫਾਇਦੇ ਦੀ ਗੱਲ ਆ ਆਪਾਂ ਦੁੱਧ ਦੀ ਪ੍ਰੋਡਕਸ਼ਨ ਦੇ ਵਿੱਚ ਵੈਸੇ ਹੀ ਬਹੁਤ ਵੱਡਾ ਯੋਗਦਾਨ ਪਾਇਆ ਤੇ ਇਹਦੇ ਵਿੱਚ ਜਿੰਨੇ ਆਪਾਂ ਕਿਸਾਨ ਦੁੱਧ ਵਾਲੇ ਇਕੱਠੇ ਹੋਵਾਂਗੇ ਉਨਾਂ ਹੀ ਆਪਾਂ ਨਕਲੀ-ਨੁਕਲੀ ਦੁੱਧ ਨੂੰ ਵੀ ਨੱਥ ਪਾ ਲਾਂਗੇ ਫੇਰ ਹੀ ਪਾਊਗੀ ਜੇ ਆਪਾਂ ਇਕੱਠੇ ਹੋਵਾਂਗੇ ਜੇ ਆਪਾਂ ਅਵੇਅਰ ਹੋਵਾਂਗੇ ਸੱਚ ਨੂੰ ਤੇ ਆਓ ਆਪਾਂ ਪੀਡੀਐਫੇ ਮੇਲੇ ਤੇ ਜਾਵਾਂਗੇ ਉੱਥੇ ਫੀਮੇਲ ਦਾ ਹੀ ਮੁਕਾਬਲਾ ਮੈਂ ਤੁਹਾਨੂੰ ਫੇਰ ਦੱਸਦਾ ਮੇਲ ਜਿੰਨੇ ਲੈ ਕੇ ਜਾਣੇ ਆ ਉਹ ਨਹੀਂ ਬਾਕੀ ਮੇਲੇ ਦੀ ਪੂਰੀ ਡਿਟੇਲ ਪੂਰੀ ਡਿਟੇਲ ਜਿਹੜੀ ਤੁਸੀਂ ਜੇ ਕੋਈ ਵੀ ਪੁੱਛਣੀ ਆ ਤਾਂ ਤੁਸੀਂ ਇੱਕ ਸੰਪਰਕ ਨੰਬਰ ਵੀ ਦੇ ਰਿਆਂ ਜਾਂ ਸਟਾਲ ਬੁੱਕ ਕਰਾਉਣੀ ਆ ਤਾਂ ਉੱਥੇ ਤੁਸੀਂ ਪੁੱਛ ਸਕਦੇ ਆ ਬਾਕੀ ਮੈਂ ਪੂਰੀ ਡਿਟੇਲ ਦੀ ਵੀਡੀਓ ਇੱਕ ਅੱਧੀ ਮੇਲੇ ਤੋਂ ਪਹਿਲਾਂ ਹੋਰ ਵੀ ਦੋ ਪਾ ਹੀ ਦਊਗਾ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਕਿਹੜੇ ਕਿਹੜੇ ਮੁਕਾਬਲੇ ਹੋਣਗੇ ਸਾਰੀ ਡਿਟੇਲ ਵਾਲੀ ਵੀਡੀਓ ਪਾ ਦੂੰ ਆ ਵੀਡੀਓ ਸ਼ੇਅਰ ਕਰ ਦਿਓ ਜਿਉਂਦੇ ਰਹੋ